ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ, ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਜਿਹੜਾ 16 ਸਤੰਬਰ ਨੂੰ ਹੈੱਡ ਕਾਂਸਟੇਬਲ ਦਾ ਈਵਨਿੰਗ ਵਿੱਚ ਐਗਜ਼ਾਮ ਹੋਇਆ ਸੀਗਾ ਉਹਦਾ ਰਿਵਿਊ ਤੁਹਾਡੇ ਸਾਹਮਣੇ ਲੈ ਕੇ ਆਇਆ ਵਿਦ ਆਨਸਰ ਕੀਜ਼। ਠੀਕ ਹੈ ਜੀ, ਵਧੀਆ ਲੱਗੀ ਵੀਡੀਓ ਤਾਂ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਠੀਕ ਹੈ, ਅਤੇ ਹੋਰਾਂ ਦੋਸਤਾਂ ਮਿੱਤਰਾਂ ਤੱਕ ਵੀ ਸ਼ੇਅਰ ਕਰ ਦਿਓ, ਅਤੇ ਜਿਨ੍ਹਾਂ ਦਾ ਐਗਜ਼ਾਮ ਸੈਂਟਰ ਚੇਂਜ ਹੋਇਆ ਸੀਗਾ ਉਹਨਾਂ ਤੱਕ ਸ਼ੇਅਰ ਕਰ ਦਿਓ, ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ 19 ਤਰੀਕ ਤੱਕ ਜਿਹੜੇ ਐਗਜ਼ਾਮ ਇਹ ਚੱਲਣੇ ਨੇ, ਅਤੇ ਸਾਰਿਆਂ ਲਈ ਵੀਡੀਓ ਹੈਲਪਫੁੱਲ ਰਹੂਗੀ ਜਿਨ੍ਹਾਂ ਦੇ ਐਗਜ਼ਾਮ ਪੈਂਡਿੰਗ ਨੇ। ਠੀਕ ਹੈ, ਸੋ ਜਿਨ੍ਹਾਂ ਜਿਨ੍ਹਾਂ ਦੇ ਐਗਜ਼ਾਮ ਹਜੇ ਰਹਿੰਦੇ ਨੇ ਉਹ ਸਾਰਿਆਂ ਨੂੰ ਬੈਸਟ ਆਫ ਲੱਕ, ਵੀਡੀਓ ਜ਼ਰੂਰ ਦੇਖਿਓ, ਤੁਹਾਡੇ ਕੰਮ ਆਊਗੀ। ਸੋ ਆਪਾਂ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਦੋਸਤੋ ਜੀਕੇ ਦੀ। ਇਲੈਕਸ਼ਨ ਆਫ ਪ੍ਰੈਜ਼ੀਡੈਂਟ ਆਰਟੀਕਲ ਪੁੱਛਿਆ ਸੀ ਦੋਸਤੋ, ਠੀਕ ਹੈ ਜੀ, ਆਰਟੀਕਲਸ ਬਹੁਤ ਜ਼ਿਆਦਾ ਆ ਰਹੇ ਨੇ, ਮੈਂ ਤੁਹਾਨੂੰ ਹਰ ਇੱਕ ਵੀਡੀਓ ਵਿੱਚ ਕਹਿਣਾ ਹੁੰਦਾ, ਬੇਨਤੀ ਕਬੂਲ ਕਰ ਲਓ, ਆਰਟੀਕਲਸ 'ਤੇ ਰੱਟਾ ਲਾ ਕੇ ਚਲੇ ਜਾਇਆ ਕਰੋ ਦੋਸਤੋ, ਯਾਦ ਕਰ ਲਓ ਆਰਟੀਕਲਸ ਅਤੇ ਅਮੈਂਡਮੈਂਟਸ ਅਤੇ ਸ਼ਡਿਊਲਸ, ਠੀਕ ਹੈ, ਇਹਨਾਂ ਕੋਨਸਟੀਟਿਊਸ਼ਨ ਵਿੱਚੋਂ ਇਹ ਤਿੰਨੇ ਚੀਜ਼ਾਂ ਨੇ ਜਿਹੜੀਆਂ ਪੜ੍ਹਨ ਵਾਲੀਆਂ ਨੇ ਮੇਨ। ਠੀਕ ਹੈ, ਉਸ ਤੋਂ ਬਾਅਦ ਨੈਕਸਟ ਕੁਐਸਚਨ ਸੀਗਾ, ਇਨ ਯੂਟੀ ਹੂ ਇਜ਼ ਰਿਸਪੋਂਸੀਬਲ ਟੂ ਮੇਕ ਹਾਈ ਕੋਰਟ, ਹਾਈ ਕੋਰਟ ਕੌਣ ਬਣਾ ਸਕਦਾ ਯੂਟੀ ਵਿੱਚ, ਯਾਨੀ ਕਿ ਯੂਨੀਅਨ ਟੈਰੀਟਰੀ ਵਿੱਚ ਕੌਣ ਆ ਜੀ, ਪਾਰਲੀਮੈਂਟ। ਠੀਕ ਹੈ ਜੀ, ਫਾਈਨਾਂਸ ਮਿਨਿਸਟਰ ਪੁੱਛਿਆ ਸੀਗਾ ਜੀ ਆਪਣੇ ਕੌਣ, ਇੰਡੀਆ ਦੇ ਸ਼੍ਰੀਮਤੀ ਨਿਰਮਲਾ ਸੀਤਾਰਮਨ ਜੀ। ਠੀਕ ਹੈ, ਇਨ ਵਰਲਡ U20 ਹਿਮਾ ਦਾਸ ਵਨ ਗੋਲਡ ਮੈਡਲ, ਠੀਕ ਹੈ, ਕਦੋਂ ਜਿੱਤਿਆ ਸੀ ਇਹਨਾਂ ਨੇ, 2018 ਦੇ ਵਿੱਚ। ਆਰਟੀਕਲ 143 ਬਾਰੇ ਦੋਸਤੋ ਪੁੱਛਿਆ ਗਿਆ ਸੀਗਾ, ਇਹ ਕਿਹਦੇ ਨਾਲ ਰਿਲੇਟ ਕਰਦਾ ਜੀ, ਪਾਵਰ ਆਫ ਪ੍ਰੈਜ਼ੀਡੈਂਟ ਟੂ ਕੰਸਲਟ ਸੁਪਰੀਮ ਕੋਰਟ, ਸੁਪਰੀਮ ਕੋਰਟ ਤੋਂ ਸਲਾਹ ਲੈ ਸਕਦੇ ਨੇ, ਠੀਕ ਹੈ ਜੀ, ਪ੍ਰੈਜ਼ੀਡੈਂਟ ਇਹਨਾਂ ਦੀ ਪਾਵਰ ਸੀਗੀ ਇਹ। ਠੀਕ ਹੈ, ਉਸ ਤੋਂ ਬਾਅਦ ਅਕਾਲ ਤਖਤ ਕੰਸਟਰਕਟਡ ਬਾਏ, ਅਕਾਲ ਤਖਤ ਦਾ ਨਿਰਮਾਣ ਕਿਹਨਾਂ ਨੇ ਕਰਵਾਇਆ ਸੀਗਾ, ਆਪਣੇ 6ਵੇਂ ਗੁਰੂ ਸਾਹਿਬਾਨ ਨੇ ਜੀ, ਸ਼੍ਰੀ ਗੁਰੂ ਹਰਗੋਬਿੰਦ ਜੀ ਨੇ। ਠੀਕ ਹੈ ਜੀ, ਉਸ ਤੋਂ ਬਾਅਦ ਮਿਊਂਸੀਪਲਟੀ ਏਰੀਆ ਇਜ਼ ਡਿਟਰਮਾਈਂਡ ਬਾਏ, ਜਿਹੜਾ ਮਿਊਂਸੀਪਲਟੀ ਦਾ ਏਰੀਆ ਹੁੰਦਾ ਉਹਨੂੰ ਡਿਟਰਮਾਈਨ ਕੌਣ ਕਰਦਾ ਜੀ, ਗਵਰਨਰ ਕਰਦਾ। ਠੀਕ ਹੈ ਜੀ, ਨੈਕਸਟ ਕੁਐਸਚਨ ਜੀ, ਹੂ ਹੈਜ਼ ਪਾਵਰ ਟੂ ਚੇਂਜ ਸੀਟ ਆਫ ਸੁਪਰੀਮ ਕੋਰਟ, ਠੀਕ ਹੈ, ਕਿਹਦੇ ਕੋਲ ਪਾਵਰ ਹੁੰਦੀ ਹੈ ਜੀ, ਇਹ ਪਾਵਰ ਹੁੰਦੀ ਹੈ ਜੀ ਪ੍ਰੈਜ਼ੀਡੈਂਟ ਕੋਲ। ਨੈਕਸਟ ਜੀ, ਆਈਲੈਂਡ ਬਿਟਵੀਨ ਇੰਡੀਆ ਐਂਡ ਸ਼੍ਰੀਲੰਕਾ, ਕੀ ਨਾਮ ਆ ਜੀ ਇਹਦਾ, ਰਾਮੇਸ਼ਵਰਮ। ਠੀਕ ਹੈ, ਆਈਲੈਂਡ ਆ ਜਿਹੜਾ ਟਾਪੂ ਆ ਭਾਰਤ ਅਤੇ ਸ਼੍ਰੀਲੰਕਾ ਦੇ ਵਿਚਕਾਰ। ਠੀਕ ਹੈ ਜੀ, ਨੈਕਸਟ ਪੁੱਛਿਆ ਸੀਗਾ ਜੀ, ਤ੍ਰਿਪੁਰਾ ਦੇ ਜਿਹੜੇ ਫੋਕ ਡਾਂਸ ਨੇ ਕਿਹੜੇ ਕਿਹੜੇ ਨੇ ਜੀ, ਉਹ ਗਰੀਆ, ਝੂਮ, ਮਾਈਮਿਤਾ, ਮਸਾਕ, ਸੁਮਾਣੀ। ਠੀਕ ਹੈ ਜੀ, ਨੈਕਸਟ ਜੀ, ਵਿੱਚ ਸਟੇਟ ਹੈਜ਼ ਨੋ ਪੰਚਾਇਤ, ਕਿਹੜੀ ਸਟੇਟ ਆ ਜੀ ਜਿੱਥੇ ਕੋਈ ਵੀ ਪੰਚਾਇਤ ਨਹੀਂ ਹੈਗੀ, ਉਹ ਸਟੇਟ ਦਾ ਨਾਮ ਆ ਜੀ ਨਾਗਾਲੈਂਡ। ਅੱਗੇ ਪੁੱਛਿਆ ਸੀ ਦੋਸਤੋ, ਸਾਈਜ਼ ਆਫ ਸਟੇਟ ਲੈਜਿਸਲੇਟਿਵ ਕੌਂਸਲ ਕਿੰਨਾ, ਵੀ ਮਤਲਬ ਜਿਹੜਾ ਸਟੇਟ ਲੈਜਿਸਲੇਟਿਵ ਕੌਂਸਲ ਹੁੰਦੀ ਹੈ, ਵਿਧਾਨ ਪਰਿਸ਼ਦ ਹੁੰਦੀ ਹੈ, ਇਹਦਾ ਸਾਈਜ਼ ਕਿੰਨਾ ਹੁੰਦਾ। ਠੀਕ ਹੈ, ਇਹਦਾ ਸਾਈਜ਼ ਹੁੰਦਾ ਜੀ, ਕੈਨ ਨੋਟ ਵੀ ਮੋਰ ਦੈਨ 1/3 ਆਫ ਮੈਂਬਰਸ਼ਿਪ ਆਫ ਸਟੇਟ ਲੈਜਿਸਲੇਟਿਵ ਅਸੈਂਬਲੀ, ਜਿਹੜੀ ਸਟੇਟ ਲੈਜਿਸਲੇਟਿਵ ਅਸੈਂਬਲੀ ਆ ਉਹਦੇ 1/3 ਮੈਂਬਰ ਤੋਂ ਵੱਧ ਨਹੀਂ ਇਹਦਾ ਸਾਈਜ਼ ਹੁੰਦਾ। ਠੀਕ ਹੈ ਜੀ, ਅੱਗੇ ਪੁੱਛਿਆ ਸੀਗਾ, ਸਿੰਧੀ ਲੈਂਗੁਏਜ ਇਜ਼ ਔਨ ਵਿੱਚ ਨੰਬਰ ਲੈਂਗੁਏਜ, ਮਤਲਬ ਜਿਹੜੀ ਸਿੰਧੀ ਲੈਂਗੁਏਜ ਆ ਮਾਨਤਾ ਪ੍ਰਾਪਤ ਲੈਂਗੁਏਜ ਵਿੱਚ ਕਿੰਨਵੇਂ ਨੰਬਰ 'ਤੇ ਆਉਂਦੀ ਹੈ ਜੀ, ਇਹ ਆਉਂਦੀ ਹੈ ਜੀ 8ਵੇਂ ਨੰਬਰ 'ਤੇ। ਠੀਕ ਹੈ ਜੀ, ਅਰਾਵਲੀ ਪਰਬਤ ਇਜ਼ ਨੋਟ ਆਫ ਵਿੱਚ ਸਟੇਟ, ਸਟੇਟਾਂ ਦੀ ਮਤਲਬ ਆਪਸ਼ਨ ਦਿੱਤੀ ਗਈ ਸੀ ਵੀ ਅਰਾਵਲੀ ਪਰਬਤ ਇਹਨਾਂ ਵਿੱਚੋਂ ਕਿਹੜੀ ਸਟੇਟ ਵਿੱਚੋਂ ਨਹੀਂ ਹੈਗਾ, ਉਹ ਕਿਹੜੀ ਸਟੇਟ ਵਿੱਚ ਨਹੀਂ ਹੈਗਾ ਜੀ, ਪੰਜਾਬ ਵਿੱਚ, ਆਪਣੇ ਪੰਜਾਬ ਵਿੱਚ ਨਹੀਂ ਹੈਗਾ। ਠੀਕ ਹੈ ਜੀ, ਉਸ ਤੋਂ ਬਾਅਦ ਗ੍ਰੈਮੀ ਅਵਾਰਡ ਬਾਰੇ ਪੁੱਛਿਆ ਗਿਆ ਸੀਗਾ ਦੋਸਤੋ, ਇਹ ਅਵਾਰਡ USA ਵਿੱਚ ਹੁੰਦਾ ਅਤੇ ਰੀਸੈਂਟਲੀ 2021 ਵਿੱਚ 63rd ਜਿਹੜਾ ਐਨੂਅਲ ਗ੍ਰੈਮੀ ਅਵਾਰਡ ਹੋਇਆ ਸੀਗਾ ਲੋਸ ਏਂਜਲਸ ਦੇ ਵਿੱਚ। ਠੀਕ ਹੈ ਜੀ, ਸੁਭਾਸ਼ ਚੰਦਰ ਬੋਸ ਬਾਰੇ ਪੁੱਛਿਆ ਗਿਆ ਸੀਗਾ, ਸਿੰਗਾਪੁਰ ਵਿੱਚ ਇਹਨਾਂ ਨੇ ਆਜ਼ਾਦ ਹਿੰਦ ਜਿਹੜੀ ਗੌਰਮੈਂਟ ਸੀਗੀ, ਆਜ਼ਾਦ ਹਿੰਦ ਫੌਜ ਸੀਗੀ, ਉਹਨਾਂ ਦਾ ਜਿਹੜਾ ਨਿਰਮਾਣ ਕਰਵਾਇਆ ਸੀਗਾ। ਠੀਕ ਹੈ ਜੀ, ਉਸ ਤੋਂ ਬਾਅਦ ਆਰਟੀਕਲ 171 ਬਾਰੇ ਪੁੱਛਿਆ ਗਿਆ ਸੀਗਾ, ਇਹ ਡੀਲ ਕਿਹਦੇ ਨਾਲ ਕਰਦਾ, ਮੈਂਬਰਸ ਟੂ ਸਟੇਟ ਲੈਜਿਸਲੇਟਿਵ ਕਾਊਂਸਲਸ, ਠੀਕ ਹੈ, ਐਂਡ ਰਿਕੁਆਇਰਸ ਸਟੇਟ ਗੌਰਮੈਂਟ ਟੂ ਨੋਮੀਨੇਟ ਸਮ ਆਫ ਨੇਮਸ ਹੂ ਹੈਵ ਸਪੈਸ਼ਲ ਨੌਲੇਜ ਔਰ ਪ੍ਰੈਕਟੀਕਲ ਐਕਸਪੀਰੀਅੰਸ ਇਨ ਰਿਸਪੈਕਟ ਆਫ ਸੱਚ ਮੈਟਰਸ। ਠੀਕ ਹੈ ਜੀ, ਅੱਗੇ ਦਹਿੰਗ ਪਟਕਾਈ ਨੈਸ਼ਨਲ ਪਾਰਕ ਬਾਰੇ ਪੁੱਛਿਆ ਗਿਆ ਸੀਗਾ, ਇਹ ਜੀ ਆਸਾਮ ਦੇ ਡਿਸਟ੍ਰਿਕਟ ਵਿੱਚ ਨੇ, ਦਿਬਰੂਗੜ੍ਹ ਅਤੇ ਟਿਨਸੁਕੀਆ ਡਿਸਟ੍ਰਿਕਟ ਵਿੱਚ। ਠੀਕ ਹੈ ਜੀ, ਨੈਸ਼ਨਲ ਪਾਰਕਸ ਬਾਰੇ ਜਿੰਨੇ ਵੀ ਇਨਫੋਰਮੇਸ਼ਨ ਆ ਤੁਸੀਂ ਸਾਰੀ ਪੜ੍ਹ ਲਓ, ਕਿਹੜੇ ਕਿਹੜੇ ਨੈਸ਼ਨਲ ਪਾਰਕਸ ਨੇ, ਕਿੱਥੇ ਕਿੱਥੇ ਹੈਗੇ ਨੇ। ਉਸ ਤੋਂ ਬਾਅਦ ਇਹ ਪਹਿਲਾ ਕੁਐਸਚਨ ਇਹੋ ਜਿਹਾ ਆਇਆ ਸੀਗਾ ਬੁੱਕ ਬਾਰੇ, ਠੀਕ ਹੈ, ਕਿਉਂਕਿ ਹੁਣ ਤੱਕ ਬੁੱਕ ਬਾਰੇ ਕੋਈ ਕੁਐਸਚਨ ਨਹੀਂ ਪੁੱਛਿਆ ਗਿਆ ਸੀਗਾ, ਨਵੇਂ ਤੋਂ ਨਵੇਂ ਕੁਐਸਚਨ ਆ ਰਹੇ ਨੇ, ਪੇਪਰ ਟਫ ਤੋਂ ਟਫ ਹੁੰਦਾ ਜਾ ਰਿਹਾ। ਠੀਕ ਹੈ ਜੀ, ਕਿਹੜੀ ਬੁੱਕ ਸੀ, ਟ੍ਰੇਨਿੰਗ ਆਫ ਹਿਊਮਨ ਪਲਾਂਟ ਬੁੱਕ, ਠੀਕ ਹੈ, ਇਹ ਕਿਹਨਾਂ ਨੇ ਲਿਖੀ ਹੈ ਜੀ, ਲੂਥਰ ਬਰਬੰਕ ਨੇ। ਉਸ ਤੋਂ ਬਾਅਦ ਦੋਸਤੋ CM ਆਫ ਮਹਾਰਾਸ਼ਟਰ, ਇਹ ਤੁਹਾਡੇ ਲਈ ਕੁਇਜ ਆ, ਇਹ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਦੱਸਣਾ, ਠੀਕ ਹੈ, ਜਿਹੜੇ ਮਹਾਰਾਸ਼ਟਰ ਦੇ CM ਨੇ, ਮੁੱਖ ਮੰਤਰੀ ਨੇ, ਉਹ ਕੌਣ ਨੇ। ਠੀਕ ਹੈ, ਇਹ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਦੱਸਣਾ। ਸੋ ਦੋਸਤੋ
ਬਾਕੀ ਇਸ ਜਿਹੜੀ ਸ਼ਾਮ ਦੀ ਸ਼ਿਫਟ ਸੀਗੀ ਉਹਦੇ ਵਿੱਚ ਕੰਪਿਊਟਰ ਅਤੇ ਰੀਜ਼ਨਿੰਗ ਸੀ। ਕੰਪਿਊਟਰ ਦੇ ਵਿੱਚੋਂ ਜਨਰੇਸ਼ਨ ਦੇ ਵਿੱਚੋਂ ਕੁਸਚਨ ਆਏ ਸੀਗੇ, ਓਪਰੇਟਿੰਗ ਸਿਸਟਮ ਬਾਰੇ ਪੁੱਛਿਆ ਗਿਆ ਸੀਗਾ, ਅਤੇ ਆਪਣੀ ਜਿਹੜੀ ਆ ਰੀਜ਼ਨਿੰਗ, ਰੀਜ਼ਨਿੰਗ ਨੋਨ ਬਲਬ ਰੀਜ਼ਨਿੰਗ ਸੌਖੀ ਸੀਗੀ, ਬੱਚੇ ਕਹਿ ਰਹੇ ਸੀਗੇ ਕਿ ਸਰ ਈਜ਼ੀ ਸੀਗਾ। ਬਾਕੀ ਜਿਹੜਾ ਸ਼ੇਅਰ ਕਰਨ ਵਾਲਾ ਸਮਾਨ ਹੁੰਦਾ ਉਹ ਆਹੀ ਹੁੰਦਾ ਜੀਕੇ ਅਤੇ ਹੈ ਨਾ ਆਪਣਾ ਕੋਨਸਟੀਟਿਊਸ਼ਨ ਵਿੱਚੋਂ, ਪੋਲੀਟੀ ਵਿੱਚੋਂ, ਇਹੀ ਤੁਹਾਨੂੰ ਦੱਸਿਆ ਜਾਵੇ। ਠੀਕ ਹੈ, ਸੋ ਦੋਸਤੋ ਜਿੰਨੇ ਜਿੰਨੇ ਪੇਪਰ ਹੁੰਦੇ ਰਹਿਣਗੇ ਆਪਾਂ ਤੁਹਾਡੇ ਅੱਗੇ ਰਿਵਿਊ ਲੈ ਕੇ ਆਉਂਦੇ ਰਹਾਂਗੇ, ਤਾਂ ਕਿ ਕੋਈ ਵੀ ਜਿਹੜੀ ਇਨਫੋਰਮੇਸ਼ਨ ਆ ਤੁਹਾਡੇ ਤੋਂ ਮਿਸਮੈਚ ਨਾ ਹੋ ਸਕੀ। ਅਸੀਂ ਇੰਨੀ ਮਿਹਨਤ ਕਰਕੇ ਦੇਖੋ ਤੁਹਾਡੇ ਸਾਹਮਣੇ ਆ ਡਾਟਾ ਕਲੈਕਟ ਕਰਦੇ ਹਾਂ, ਕਲੀ ਕਲੀ ਉਤੋਂ ਹੈ ਨਾ, ਕਲੇ ਕਲੇ ਬੱਚੇ ਤੋਂ। ਠੀਕ ਹੈ, ਬਾਕੀ ਅਸੀਂ, ਮੈਂ ਆਪ ਵੀ ਜਾਣਾ ਹੁੰਦਾ ਜਿੱਥੇ ਪੇਪਰ ਹੁੰਦਾ, ਠੀਕ ਹੈ, ਸਾਰਾ ਡਾਟਾ ਇਕੱਠਾ ਕਰਕੇ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਹਾਂ। ਸੋ ਚੈਨਲ ਨੂੰ ਸਪੋਰਟ ਕਰਿਆ ਕਰੋ, ਵੀਡੀਓ ਨੂੰ ਸਪੋਰਟ ਕਰਿਆ ਕਰੋ, ਲਾਈਕ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ। ਠੀਕ ਹੈ, ਅਗਰ ਤੁਹਾਡੀ ਕੋਈ ਰਾਏ ਹੁੰਦੀ ਹੈ ਤਾਂ ਵੀ ਸਾਨੂੰ ਦੱਸਿਆ ਕਰੋ। ਸੋ ਇਸ ਵੀਡੀਓ ਵਿੱਚ ਇੰਨਾ ਹੀ ਸੀਗਾ ਦੋਸਤੋ, ਮਿਲਾਂਗੇ ਅਗਲੀ ਵੀਡੀਓ ਵਿੱਚ, ਤਦ ਤੱਕ ਲਈ ਦਿਓ ਇਜਾਜ਼ਤ, ਧੰਨਵਾਦ ਜੀ।